ਬਹੁਤ ਥੈਂਕ ਯੂ ਤੁਹਾਡਾ ਤੁਸੀਂ ਦੇਸੀ ਆਨਲਾਈਨ ਟੀਵੀ ਲਈ ਥੋੜ੍ਹਾ ਟਾਈਮ ਬਣਾ ਲਿਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਐਂਡ ਦੇਸੀ ਆਨਲਾਈਨ ਟੀਵੀ ਨੂੰ ਵੇਖ ਰਹੇ ਸੋਟਾਈ ਸਾਰੇ ਦਰਸ਼ਕਾਂ ਨੂੰ, ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਤੁਹਾਡੇ ਲਈ ਬਹੁਤ ਸਪੈਸ਼ਲ ਦਿਨ ਹੈ, ਤੁਹਾਡਾ ਅੱਜ ਨਵਾਂ ਗਾਣਾ ਨਿਕਲਣਾ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕਸ ਫੋਰ ਯੋਰ ਵਿਸ਼ਿਜ਼ ਐਂਡ ਐਡਵਾਈਸ, ਜਿੰਨੇ ਮੇਰੇ ਫੈਨਸ ਉਹਨਾਂ ਦੇ ਭਾਵਾਂ ਨਾਲ ਨੇ। ਸੋ ਗੀਤ ਦਾ ਟੀਜ਼ਰ ਤੇ ਕੱਲ ਆ ਗਿਆ ਸੀ। ਅੱਛਾ, ਕੱਲ ਸੰਡੇ ਨੂੰ ਗੀਤ ਆ ਰਹੇ। ਹਾਂਜੀ ਹਾਂਜੀ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਹਾਂਜੀ, ਇਹ ਗੀਤ ਜੀ ਇੱਕ ਸੈਡ ਰੋਮੈਂਟਿਕ ਗੀਤ ਹੈ ਜੀ। ਅੱਛਾ, ਮਤਲਬ ਕਹਿ ਸਕਦੇ ਹੋ ਗਲਤ ਤੋਂ ਬੋਏ ਨੂੰ ਉਹ ਛੋਟੀਆਂ ਫੀਲਿੰਗਸ ਦੱਸੀਆਂ ਗਈਆਂ ਨੇ। ਅੱਛਾ, ਮੇਰੇ ਬਿਨਾਂ ਤੂੰ ਰਹਿ ਸਕਦਾ ਹੈ ਕਿ ਨਹੀਂ, ਵੀ ਮੈਂ ਤੈਨੂੰ ਤੇਰੇ ਤੋਂ ਦੂਰ ਹੋ ਜਾਵਾਂ, ਕੁਛ ਇੱਦਾਂ ਦਾ ਗੀਤ ਹੈ। ਜਿਸਨੂੰ ਪ੍ਰੈਜੈਂਟ ਕੀਤਾ ਹੈ ਮਨੀ ਸੌਸਪੁਰੀ ਫਰੋਮ UK ਪਾਠ ਰੈਕੋਰਡਸ ਵਾਲੇ। ਅੱਛਾ, ਅਤੇ ਲਿਖਿਆ ਵੀ ਉਹਨਾਂ ਹੀ, ਮਿਊਜ਼ਿਕ ਕੀਤਾ ਜੀ ਸਚਿਨ ਹੋ ਗਿਆ ਸਰ। ਅੱਛਾ, ਮੇਰੇ ਜੋ ਪੁਰਾਣੇ ਗਾਣੇ ਆਏ ਉਹਨਾਂ ਦੇ ਵਿੱਚ ਤੇਰਾ ਚੇਤਾ ਬਹੁਤ ਮਸ਼ਹੂਰ ਹੋਇਆ ਗਾਣਾ ਮੇਰਾ। ਅੱਛਾ, ਉਸ ਗਾਣੇ ਦੇ ਰਾਹੀਂ ਮੈਨੂੰ ਆਲ ਓਵਰ ਵਰਲਡ ਬਚਪਨ ਤੋਂ ਸ਼ੌਂਕ ਸੀਗਾ ਜੀ। ਇੱਕ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਮੇਰਾ ਬੇਟਾ ਮਤਲਬ ਸਟਾਰ ਕਲਾਕਾਰਾਂ ਦੇ ਵਿੱਚ ਆਵੇ। ਸੋ ਮੈਲਬੋਰਨ ਨੇ ਬਹੁਤ ਕੁਝ ਦਿੱਤਾ, ਆਸਟ੍ਰੇਲੀਆ ਨੇ ਬਹੁਤ ਕੁਝ ਦਿੱਤਾ, ਇੱਥੇ ਆ ਕੇ ਮਿਹਨਤ ਕੀਤੀ। ਅੱਛਾ, ਇੰਡੀਆ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਕੰਪੀਟੀਸ਼ਨਾਂ ਦੇ ਵਿੱਚ ਜਿੱਤਦਾ ਰਿਹਾ, ਭੰਗੜੇ ਦੀ ਟੀਮਾਂ ਨਾਲ ਬੋਲੀਆਂ ਪਾਈਆਂ ਯੂਨੀਵਰਸਿਟੀ ਦੇ ਵਿੱਚ, ਉਸ ਨਾਲ ਮੇਰੀ ਗਾਇਕੀ ਹੋਰ ਪ੍ਰਫੁੱਲਿਤ ਹੋ ਗਈ। ਅਤੇ ਇੱਥੇ ਆ ਕੇ ਮਿਹਨਤਾਂ ਕਰਕੇ ਅੱਗੇ ਸਾਹਮਣੇ ਹੁਣ ਦੁਨੀਆ ਸਲਾਉਂਦੀ ਹੈ ਜੋ ਵੀ ਗੀਤ ਕੱਢ ਰਹੇ। ਹਾਂਜੀ ਹਾਂਜੀ, ਤਾਂ ਤੁਸੀਂ ਆਪਣੇ ਫਾਦਰ ਦਾ ਕਹਿੰਦੇ ਸੀ, ਤਾਂ ਤੁਹਾਡੇ ਹੋਰ ਕੋਈ ਆਪਣੇ ਫੈਮਿਲੀ ਦੇ ਵਿੱਚ ਹੈਗਾ ਜਿਹੜਾ ਕੋਈ ਗਾਉਂਦਾ? ਨਹੀਂ ਜੀ, ਇਹ ਫਾਦਰ ਸਾਹਿਬ ਨੂੰ ਸ਼ੌਂਕ ਹੁੰਦਾ ਸੀਗਾ, ਗਾਉਂਦੇ ਨਹੀਂ ਸੀ ਉਹ, ਵੈਸੇ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਇਸ ਚੀਜ਼ ਦਾ। ਅੱਛਾ, ਅਤੇ ਮਤਲਬ ਢਾਡੀ ਵਾਰਾਂ ਨਾ ਉਹਨਾਂ ਨੇ ਆਪ ਹੀ ਬੋਲਦੇ ਰਹਿਣਾ, ਜਦੋਂ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਨੂੰ ਵੇਖਿਆ ਕਿ ਇਸ ਬੰਦੇ ਦੇ ਵਿੱਚ ਗੁਣ ਹੈਗਾ ਬੱਚੇ ਜਾਂ, ਉਹਨਾਂ ਨੇ ਫਿਰ ਮੈਨੂੰ ਜ਼ਿਆਦਾ ਇਸੇ ਲਾਈਨ ਵਾਲੀ ਕਰਤਾ ਕਿ ਬਸ ਤੂੰ ਸਿੰਗਿੰਗ ਨੂੰ ਸਮਰਪਿਤ ਰਹਿਣਾ ਹੈ। ਅੱਛਾ, ਸਕੂਲੇ ਜਾਂ ਸਕੂਲ ਤੋਂ ਬਾਅਦ ਕਾਲਜ ਗਿਆ, ਕਾਲਜ ਤੋਂ ਬਾਅਦ ਤੁਹਾਨੂੰ ਪਤਾ ਫਿਰ ਵੱਧਦਾ ਗਿਆ ਕੰਮ। ਹਾਂਜੀ ਹਾਂਜੀ ਹਾਂਜੀ, ਚਲ ਗੁੱਡ ਰੋਲ ਮਾਡਲ ਸੀਗੇ ਤੁਹਾਡੇ ਫਿਰ। ਹਾਂਜੀ ਹਾਂਜੀ, ਤਾਂ ਹੋਰ ਤੁਹਾਡੀ ਹੋਰ ਇੰਸਪੀਰੇਸ਼ਨ ਕਿੱਥੋਂ ਆਉਂਦੀ ਹੈ? ਇੰਸਪੀਰੇਸ਼ਨ ਦੀ ਗੱਲ ਕਰੀਏ ਫਿਰ ਆਲੇ ਦੁਆਲੇ ਦੇ ਚੰਗੇ ਸਿੰਗਰਾਂ ਨੂੰ ਸੁਣਨਾ। ਹਾਂਜੀ, ਗੁਰਦਾਸ ਮਾਨ ਸਾਹਿਬ ਹੋ ਗਏ, ਕੁਲਦੀਪ ਮਾਨ ਸਾਹਿਬ ਦੀਆਂ ਕਲੀਆਂ ਬਹੁਤ ਬੋਲੀਆਂ ਮੈਂ। ਅੱਛਾ, ਆਪਣਾ ਢੋਲ ਦੇ ਨਾਲ ਜਦੋਂ ਬੋਲੀਆਂ ਪਾਉਂਦਾ ਸੀ ਟੀਮਸ ਨਾਲ, ਫਿਰ ਦੈਨ ਸਰਭਜਨ ਮਾਨ ਸਾਹਿਬ, ਬਾਬੂ ਮਾਨ ਸਾਹਿਬ, ਮਤਲਬ ਇੱਦਾਂ ਦੇ ਗਾਇਕਾਂ ਨੂੰ ਗਵਾਈਆਂ ਨੂੰ ਸੁਣ ਕੇ ਥੋੜ੍ਹਾ ਜਿਹਾ ਹੋਰ ਵੀ ਨੌਲੇਜ ਵਧੀ। ਹਾਂਜੀ, ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ, ਡਿਫਰੈਂਟ ਡਿਫਰੈਂਟ ਚੀਜ਼ਾਂ ਜਿਹੜੀਆਂ ਸਾਨੂੰ ਮੈਨੂੰ ਮਿਲੀਆਂ ਗਾਉਣ ਨੂੰ ਸਿੱਖਣ ਨੂੰ, ਅਤੇ ਉਹ ਮੇਰੀ ਇੰਸਪੀਰੇਸ਼ਨ। ਅੱਛਾ, ਤਾਂ ਜੇ ਹੁਣ ਤੁਹਾਨੂੰ ਅਸੀਂ ਅੱਜ ਪੁੱਛੀਏ ਤੁਸੀਂ ਕਿਹੜੇ ਸਿੰਗਰਾਂ ਨੂੰ ਜਾਣਦੇ ਸੁਣਦੇ ਆ? ਦੇਖੋ, ਮੈਂ ਸਾਰੇ ਸਿੰਗਰਾਂ ਨੂੰ ਸੁਣਦਾ। ਹਾਂਜੀ, ਮੈਂ ਸਾਰੇ ਸਿੰਗਰਾਂ ਨੂੰ ਇਸ ਕਰਕੇ ਸੁਣਦਾ, ਕਈ ਵਾਰੀ ਕੋਈ ਵੀ ਸਿੰਗਰ ਵਧੀਆ ਗਾਣਾ ਨਹੀਂ ਲੈ ਕੇ ਆ ਸਕਦਾ, ਹਰ ਵਾਰ ਨਹੀਂ ਵਧੀਆ ਲੈ ਕੇ ਆ ਸਕਦਾ, ਪਰ ਕਈ ਵਾਰੀ ਕੀ ਹੁੰਦਾ ਕਿ ਉਹ ਨਵਾਂ ਸਿੰਗਰ ਬਹੁਤ ਵਧੀਆ ਗਾਣਾ ਲੈ ਕੇ। ਅੱਛਾ, ਸੋ ਮੈਂ ਸਭ ਨੂੰ ਸੁਣਨਾ ਪਸੰਦ ਕਰਦਾ, ਜਿਹਦਾ ਗਾਣਾ ਚੰਗਾ ਹੁੰਦਾ ਉਹਨੂੰ ਮੈਂ ਸੁਣਾਉਂਦਾ ਵੀ। ਅੱਛਾ, ਤਾਂ ਹੁਣ ਇੱਕ ਗੱਲ ਹੈਗੀ ਸਾਡੀ ਥੋੜ੍ਹੀ ਸਿੰਗਿੰਗ ਅਸਾਈਡ, ਤੁਸੀਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਵੀ ਖੇਲਦੇ, ਲਾਈਕ ਤੁੰਬੀ ਜਾਂ ਢੋਲ ਜਾਂ ਐਨੀਥਿੰਗ? ਹਾਂਜੀ ਹਾਂਜੀ ਹਾਂਜੀ, ਮਿਊਜ਼ੀਕਲ ਇੰਸਟਰੂਮੈਂਟ ਮੈਂ ਹਾਰਮੋਨੀਅਮ ਵਜਾ ਲੈਂਦਾ ਜੀ। ਅੱਛਾ, ਮੈਂ BA ਕੀਤੀ ਹੈ ਜੀ ਮਿਊਜ਼ੀਕਲ। ਅੱਜ ਤੁਹਾਡਾ ਗਾਣਾ ਕਿੰਨਾ ਹੈਗਾ ਦੂਰ, ਤਾਂ ਤੁਸੀਂ ਥੋੜ੍ਹਾ ਜਿਹਾ ਸਾਨੂੰ ਕੋਈ ਦੱਸ ਸਕਦੇ ਫਿਊਚਰ ਦੀ ਕੋਈ ਪਲਾਨ ਨਹੀਂ? ਹਾਂਜੀ ਹਾਂਜੀ, ਨਿਊ ਪ੍ਰੋਜੈਕਟਸ, ਗਾਣੇ ਕੋਈ? ਜੀ ਜੀ, ਇਸ ਗਾਣੇ ਤੋਂ ਬਾਅਦ ਮੇਰਾ ਇੱਕ ਗਾਣਾ ਹੋਰ ਰੈਡੀ ਹੈ ਜੀ, ਬੀਟ ਸੌਂਗ ਹੈ ਜੀ, ਉਸ ਤੋਂ ਬਾਅਦ ਮੇਰੀ ਫੁੱਲ ਟੇਪ ਆ ਰਹੀ ਹੈ ਤੇਰਾ ਚੇਤਾ। ਉਸ ਤੋਂ ਬਾਅਦ ਇਹਨਾਂ ਦੋ ਗੀਤਾਂ ਤੋਂ ਬਾਅਦ ਮੇਰਾ ਤੇਰਾ ਚੇਤਾ 2 ਦੇ ਵੱਲ ਜ਼ਿਆਦਾ ਝੁਕਾ ਆ, ਉਸ ਟੇਪ ਦੀ ਬਹੁਤ ਡਿਮਾਂਡ ਆ ਮੇਰੇ ਦਰਸ਼ਕਾਂ ਵੱਲੋਂ, ਮੇਰੇ ਸੁਣਨ ਵਾਲਿਆਂ ਵੱਲੋਂ, ਹਰ ਵੇਲੇ ਮੈਨੂੰ ਸਵਾਲ ਪੁੱਛੇ ਜਾਂਦੇ ਬਾਈ ਤੇਰਾ ਚੇਤਾ 2 ਟੇਪ ਕਦੋਂ ਆਉਣੀ ਹੈ। ਸੋ ਉਹ ਵੀ ਰੈਡੀ ਆ, ਹੁਣ 2 ਸਿੰਗਲ ਟਰੈਕ ਦੇ ਕੇ ਬਾਅਦ ਚੋਂ ਤੇਰਾ ਚੇਤਾ 2 ਫੁੱਲ ਐਲਬਮ ਕਰਨੀ। ਅੱਛਾ ਅੱਛਾ, ਠੀਕ ਹੈ।
ਤਾਂ ਅਸੀਂ ਤੁਹਾਨੂੰ ਦੋ ਆਪਣੀਆਂ ਪਰਸਨਲ ਗੱਲਾਂ ਪੁੱਛੀਆਂ ਵੈਰੀ ਸਿੰਪਲ ਫਸਟ ਕੁਐਸਚਨ ਇਜ਼ ਤੁਹਾਨੂੰ ਤੁਹਾਡਾ ਸਾਰਾ ਸਭ ਤੋਂ ਅੱਛਾ ਬ੍ਰੈਕਫਾਸਟ ਕਿਹੜਾ ਲੱਗਦਾ ਹੈ ਬ੍ਰੇਕਫਾਸਟ ਦੇਖੋ ਜੇ ਤੇ ਕਹਿ ਲਈਏ ਮਾਂ ਨੇ ਪਕਾ ਕੇ ਦੇਣੀ ਹਾਂਜੀ ਫਿਰ ਤਾਂ ਹੀ ਹੋਵੇ ਸਰੋਂ ਦਾ ਸਾਗ ਹਾਂਜੀ ਹਾਂਜੀ ਨਾਲ ਹੋਵੇ ਰੋਟੀ ਨਾਲ ਦਹੀਂ ਦਾ ਮੱਖਣ ਹੋਵੇ ਉਹ ਵੀ ਗੱਲ ਆ ਜਾਂ ਆਲੂ ਵਾਲੇ ਪਰੌਂਠੇ ਸਵੇਰੇ ਸਵੇਰੇ ਦਹੀਂ ਦਾ ਚਾਹ ਨਾਲ ਮਿਲ ਜਾਣ ਹਾਂਜੀ ਤੇ ਜੇ ਕਹੀਏ ਵੀ ਆਪ ਉੱਠ ਕੇ ਪਕਾਉਣੀ ਆ ਫਿਰ ਬ੍ਰੈਡ ਤੋਂ ਵੱਡੀ ਚੀਜ਼ ਕੋਈ ਨਹੀਂ ਇਸ ਤੋਂ ਜ਼ਿਆਦਾ ਆਪਣੀ ਨਹੀਂ ਹੋ ਸਕਦੀ ਚਲੋ ਫਿਰ ਤਾਂ ਸਾਗ ਦਾ ਪਰੌਂਠਿਆਂ ਦੀ ਗੱਲ ਹੋਈ ਆ ਫਿਰ ਸਭ ਤੋਂ ਵਧੀਆ ਹਾਂਜੀ ਹਾਂਜੀ ਤਾਂ ਇਹ ਲਾਸਟ ਕੁਐਸਚਨ ਸਾਰੇ ਦੁਨੀਆ ਦੇ ਵਿੱਚ ਤੁਹਾਨੂੰ ਜ਼ਿਆਦਾ ਪਸੰਦ ਕਿੱਥੇ ਆ ਦੇਖੋ ਜੀ ਬੰਦਾ ਜਿੱਥੇ ਰਹਿੰਦਾ ਉਹਨੂੰ ਉਹ ਜ਼ਿਆਦਾ ਵਧੀਆ ਲੱਗਦਾ ਇਲਾਕਾ ਕਹਿਣ ਤੋਂ ਭਾਵ ਮੈਂ ਆਸਟ੍ਰੇਲੀਅਨ ਬਹੁਤ ਵਧੀਆ ਸਮਝਦਾ ਜੀ ਆਸਟ੍ਰੇਲੀਅਨ ਮੈਨੂੰ ਬਹੁਤ ਕੁਝ ਦਿੱਤਾ ਬਾਕੀ ਕੰਟਰੀ ਸੀ ਬਹੁਤ ਵਧੀਆ ਨੇ ਮੇਰਾ ਇੰਡੀਆ ਪੰਜਾਬ ਵੀ ਬਹੁਤ ਵਧੀਆ ਜਿੱਥੇ ਅਸੀਂ ਜੰਮੇ ਪਲੇ ਖੇਡੇ ਵੱਡੇ ਹੋਏ ਉਹ ਵੀ ਧਰਤੀ ਬਹੁਤ ਵਧੀਆ ਗੁਰੂ ਬਾਬੀਰਾਂ ਦੀ ਧਰਤੀ ਪਰ ਜਿੱਥੇ ਆ ਕੇ ਮਿਹਨਤਾਂ ਕੀਤੀਆਂ ਧਰਤੀ ਹੈ ਬਹੁਤ ਸੋ ਮੋਸਟ ਲਾਈਕਲੀ ਮੈਂ ਦੋਵਾਂ ਧਰਤੀਆਂ ਬਹੁਤ ਜ਼ਿਆਦਾ ਹਾਂਜੀ ਵਧੀਆ ਤਾਂ ਬਸ ਹੁਣ ਬਾਕੀ ਦਾ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਔਨ ਯੋਰ ਲਾਂਚ ਫੋਰ ਦੂਰ ਥੈਂਕ ਯੂ ਥੈਂਕ ਯੂ ਅਸੀਂ ਫਿਰ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਧੰਨਵਾਦ ਕਰਦਾ ਜੀ ਦੇਸੀ ਔਨਲਾਈਨ ਟੀਵੀ ਦਾ ਵੀ ਜਿਹਨਾਂ ਨੇ ਮੈਨੂੰ ਆਉਣ ਦਾ ਮੌਕਾ ਦਿੱਤਾ ਅਤੇ ਮੇਰੇ ਚਾਹੁਣ ਵਾਲਿਆਂ ਦੇ ਰੂਪ ਨੂੰ ਆਉਣ ਦਾ ਮੌਕਾ ਦਿੱਤਾ ਥੈਂਕ ਯੂ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ